ਸਾਰੇ ਰਸ਼ੀਆ ਦੇ ਘਰ ਨੇ, ਬਰਫ਼ ਪਈ ਹੋਈ ਹੈ। ਇਹ ਸਾਰਾ ਸਕੂਲ ਹੈ ਪਿੰਡ ਦਾ। ਇਹ ਵੀ ਸਿੰਘ ਵਸਾਉਂਦੇ ਨੇ, ਕਿਵੇਂ ਹੋ? ਗੋਆ ਜਿਹਾ ਦੇਖ ਕੇ ਤਾਂ ਪੂਰੀ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਮੈਨੂੰ। ਗਲੀਆਂ ਵੀ ਬਹੁਤ ਜ਼ਿਆਦਾ ਚੌੜੀਆਂ ਨੇ, ਖੁੱਲੀਆਂ ਨੇ ਪੂਰੀਆਂ। ਰਸ਼ੀਆਂ ਲੋਕਾਂ 'ਚ ਵੀ ਟੀ ਵੀ ਦੇਖਣ ਦਾ ਬਹੁਤ ਜ਼ਿਆਦਾ ਕਰੇਜ਼ ਹੈ, ਤਾਂ ਖੰਭੇ ਵੀ ਉਰੇ ਵੀ ਸਾਰੀ ਲੱਕੜ ਦੇ ਨੇ ਉੱਪਰ। ਗੈਰੇਜ ਬਾਹਰ ਹੈ ਬਿਲਕੁਲ, ਅਤੇ ਘਰ ਦਾ ਗੇਟ ਅਲੱਗ ਹੈ। ਘੈਂਟ ਲੱਗ ਰਹੀਆਂ ਤੂੰ, ਪੰਜਾਬ ਲਿਆ। ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਜਿਨ੍ਹਾਂ ਨੇ ਪਿਛਲਾ ਬਲੌਗ ਦੇਖਿਆ ਸੀ, ਆਪਾਂ ਇਹ ਲਾਮਾ ਦਾ ਸਾਰਾ ਮੰਦਿਰ ਘੁੰਮੇ ਹਾਂ, ਤਾਂ ਆਪਾਂ ਹੁਣ ਘੁੰਮਣ ਚੱਲੇ ਹਾਂ ਵੀ ਰੂਸ ਦਾ ਪਿੰਡ। ਆ ਟਰੈਕਟਰ ਆ ਰਿਹਾ ਵੀ ਪੁਰਾਣਾ, ਬੈਲਾਰੂਸੀ ਆ, ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਬਈ। ਪਿੱਛੇ ਸਾਰੇ ਰਸ਼ੀਆ ਦੇ ਘਰ ਨੇ, ਬਰਫ਼ ਪਈ ਹੋਈ ਹੈ। ਇਹ ਸਾਰਾ ਛੋਟਾ ਜਿਹਾ ਸੂਹਾ ਹੈ, ਅਤੇ ਦੇਖੋ ਬਰਫ਼ ਜੰਮੀ ਪਈ ਹੈ। ਆ ਪੱਥਰ ਜਿਹੇ ਰੱਖ ਕੇ ਰਾਹ ਬਣਾਇਆ ਪੂਰਾ, ਹੈ ਨਾ, ਕੌਂਕਰੀਟ ਵਾਲਾ ਆਲੇ ਦੁਆਲੇ। ਆ ਬੈਰੀਗੇਟਿੰਗ ਹੈ ਬਈ ਲੋਹੇ ਦੀ। ਕਿੰਨਾ ਜ਼ਿਆਦਾ ਸੋਹਣਾ ਪਿੰਡ ਹੈ ਵੀ, ਛੋਟਾ ਜਿਹਾ ਪਿੰਡ ਹੈ ਰਸ਼ੀਆ ਦਾ, ਆਪਾਂ ਘੁੰਮਦੇ ਹਾਂ। ਆ ਗੱਡੀ ਜੀ ਖੜੀ ਹੈ, ਇਹ ਸਾਰਾ ਲੱਕੜ ਦਾ ਬਣਾਇਆ ਗਿਆ ਰਾਹ। ਇਹਦੇ ਹੇਠਾਂ ਦੀ ਵੀ ਬਰਫ਼ ਜ਼ਿਆਦਾ ਜੰਮ ਜਾਂਦੀ ਹੈ, ਪਾਣੀ ਪੂਣੀ ਕ੍ਰੋਸ ਹੁੰਦਾ। ਦੇਖੋ ਬਿਲਕੁਲ ਛੋਟਾ ਜਿਹਾ ਪਿੰਡ ਹੈ। ਗਲੀਆਂ ਕੱਚੀਆਂ ਨੇ ਜਾਂ ਪੱਕੀਆਂ ਨੇ ਮੈਂ ਦੱਸ ਨਹੀਂ ਸਕਦਾ, ਕਿਉਂਕਿ ਬਰਫ਼ ਜੰਮੀ ਹੋਈ ਹੈ ਵੀ ਸਾਰੀ। ਪਰ ਘਰ ਉਰੇ ਲੱਕੜ ਦੇ ਨੇ, ਹੈ ਨਾ। ਜਿਵੇਂ ਜਿਵੇਂ ਇਨਸਾਨ ਨੂੰ ਲੋੜ ਪਈ ਨਾ, ਉਵੇਂ ਉਵੇਂ ਉਹਨੇ ਹਰ ਚੀਜ਼ ਦੀ ਆਦਤ ਕਰ ਲਈ। ਆਹ ਦੇਖੋ ਇਹ ਡਿੱਗੇ ਨਾ ਵੀ, ਐਂ ਲੱਕੜ ਨਾਲ ਹੀ ਇਹਨੂੰ ਸਪੋਰਟ ਦਿੱਤੀ ਗਈ ਹੈ। ਬਹੁਤ ਜ਼ਿਆਦਾ ਸੋਹਣੀ ਗਲੀ ਹੈ ਵੀ, ਦੋਨੇ ਪਾਸੇ ਲੱਕੜ। ਆਹ ਖੁੱਲ੍ਹਾ ਜਿਹਾ ਏਰੀਆ ਆ ਗਿਆ ਵੀ, ਆਲੇ ਦੁਆਲੇ ਸਾਰੇ ਘਰ ਨੇ। ਇੱਥੇ ਵੀ ਪਿੰਡ ਨੂੰ ਡੇਰਾ ਵਨੀਆ ਕਹਿੰਦੇ ਆ, ਅਤੇ ਘਰ ਨੂੰ ਕਹਿੰਦੇ ਆ ਦੋਮ। ਆਹ ਚੌੜੀ ਜਿਹੀ ਗਲੀ ਹੈ ਮਤਲਬ ਪਿੰਡ ਦੀ। ਮੋਟੀਆਂ ਮੋਟੀਆਂ ਲੱਕੜਾਂ ਦਾ ਤੁਹਾਨੂੰ ਥਾਂ ਥਾਂ 'ਤੇ ਕੱਟੀਆਂ ਪਈਆਂ ਹੋਣਗੀਆਂ। ਆਹ ਘਰ ਦਾ ਨੰਬਰ ਹੈ ਦੇਖੋ, 14 ਨੰਬਰ ਘਰ। ਇਹ ਘਰ ਵੀ ਕੁਛ ਜ਼ਿਆਦਾ ਹੀ ਪੁਰਾਣਾ ਲੱਗ ਰਿਹਾ ਲੱਕੜਾਂ ਤੋਂ ਅੰਦਾਜ਼ਾ ਲਾ ਰਿਹਾ ਮੈਂ। ਗਲੀਆਂ ਪਈਆਂ ਨੇ ਲੱਕੜਾਂ ਵੀ, ਜਿਵੇਂ ਕੱਲ੍ਹ ਜਿਵੇਂ ਪਹਿਲਾਂ ਤੁਸੀਂ ਲਾਮਾ ਦੇ ਘਰ ਦੇਖੇ ਸੀ, ਉਵੇਂ ਹੈ। ਆ ਗਾਇਆਂ ਗੂਆਂ ਫਿਰ ਰਹੀਆਂ ਨੇ ਵੀ ਪਿੰਡ 'ਚ, ਸੁਣੀਆਂ ਐਂ ਖੁੱਲ੍ਹੀਆਂ, ਕੋਈ ਨਹੀਂ ਆਰਾਮ ਨਾਲ। ਛੋਟੇ ਛੋਟੇ ਬੱਚੇ ਜੇ ਵੀ ਨੇ ਨਾਲ। ਇਹਨਾਂ ਦੇ ਵੀ ਗੇਟ ਸਾਰੇ ਲੋਹੇ ਦੇ ਹੁੰਦੇ ਆ, ਦੇਖੋ ਵਿੱਚ ਵਿੱਚ ਲੱਕੜ ਦੇ ਵੀ ਹੁੰਦੇ ਆ। ਆਹ ਪਤਾ ਨਹੀਂ ਕੀ ਯਾਰ, ਪੇਟੀ ਜੀ, ਸ਼ਾਇਦ ਡਸਟਬਿਨ ਹੈ ਯਾਰ, ਡਸਟਬਿਨ। ਆਹ ਘਰ ਦੇਖੋ ਬਈ, ਇਹਦੀ ਛੱਤ ਅਲੱਗ ਤਰ੍ਹਾਂ ਦੀ ਹੈ। ਹਰ ਘਰ ਯਾਰ ਇੱਕ ਦੂਜੇ ਨਾਲੋਂ ਅਲੱਗ ਹੈ, ਉਰੇ ਸੇਮ ਨਹੀਂ ਮਿਲੂਗਾ ਤੁਹਾਨੂੰ। ਆਹ ਡੰਗਰਾਂ ਦਾ ਬਾੜਾ ਵੀ ਖੁੱਲ੍ਹਾ ਕਾਫੀ, ਵਿੱਚ ਵੀ ਗੋਹਾ ਗਾਇਆ ਜਿਹਾ ਪਿਆ, ਹੈ ਨਾ। ਖੰਭੇ ਵੀ ਉਰੇ ਵੀ ਸਾਰੀ ਲੱਕੜ ਦੇ ਨੇ ਉੱਪਰ, ਵਾਈਫਾਈ, ਹੈ ਨਾ, ਮੀਟਰ, ਤਾਰਾਂ ਸਾਰੀਆਂ ਪਈਆਂ ਹੋਈਆਂ ਨੇ। ਮੰਗੋਲੀਆ 'ਚ ਵੀ ਉਹ ਬੰਦ ਕਰਕੀਆਂ ਸੀ ਉਹਨਾਂ ਨੇ, ਹੈ ਨਾ, ਗਾਇਆਂ ਜੀਆਂ। ਆਹ ਦੇਖੋ ਖੁੱਲ੍ਹੀਆਂ ਫਿਰਦੀਆਂ ਨੇ, ਕਿੰਨੀਆਂ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ। ਵਾਓ, ਹੈਲੋ, ਕਿਵੇਂ ਹੋ? ਠੀਕ ਹੈ, ਲੱਗਦਾ ਫਰੈਂਡਲੀ ਰਹੀਆਂ ਨੇ। ਅੱਗੇ ਤੁਸੀਂ ਸਿੰਗਾ ਸੁੰਗਾ 'ਤੇ ਚੱਕ ਲੈਣ, ਥੋੜ੍ਹਾ ਡਰ ਜੀ ਕੇ ਵੀ ਰਹਿਣਾ ਪੈਂਦਾ। ਆਹ ਡਸਟਬਿਨ ਯਾਰ ਹਰ ਘਰ ਦੇ ਅੱਗੇ ਹੈ। ਗੱਡੀ ਵੀ ਦੇਖਣ ਨੂੰ ਮਿਲ ਗਈ ਵੀ ਘਰ 'ਚ, ਕੀ ਵਾਲੀ ਫਿਰਦੀ ਹੈ, ਹੱਸਦੀ ਜਾਂਦੀ ਹੈ। ਲਓ ਆਹ ਚਿੱਟੀਆਂ ਜੀਆਂ ਵੀ ਗਾਇਆਂ ਆ ਗਈਆਂ ਬਈ। ਆਹ ਛੱਕਲੀ ਪਾਰਖ ਹੈ ਵੀ ਇਹਦੇ, ਇਹ ਕੀ ਪਾਰਖ ਹੈ ਇਹਦੇ? ਆਹ ਬਾਬਾ ਮਿਲਿਆ ਵੀ, ਦਾਦਾ ਦਾਦਾ ਦਾਦਾ, ਕਰਸੀਵਾ ਕਰਸੀਵਾ, ਦਾ ਦਲਾਈ ਲਾਮਾ, ਦਲਾਈ ਲਾਮਾ, ਲਾਮਾ ਲਾਮਾ, ਹਾਂ, ਧਰਮਸ਼ਾਲਾ। ਇਹ ਵੀ ਸਿੰਘ ਵਸਾਉਂਦੇ ਨੇ, ਪੂਰੇ ਚਾਂਬਲੇ ਹੋਏ ਆ। ਮੈਨੂੰ ਤਾਂ ਐਂ ਸੀ ਵੀ ਭੋਲੇ ਹੋਣਗੇ, ਠੰਡ 'ਚ ਠਰੇ ਹੋਣਗੇ, ਗਰਮੀ ਲਾ ਰਹੇ ਆ। ਰਸ਼ੀਆਂ ਲੋਕਾਂ 'ਚ ਵੀ ਟੀ ਵੀ ਦੇਖਣ ਦਾ ਬਹੁਤ ਜ਼ਿਆਦਾ ਕਰੇਜ਼ ਹੈ, ਤਾਂ ਤੁਹਾਨੂੰ ਇੱਥੋਂ ਦੇ ਪਿੰਡਾਂ 'ਚ ਹੁਣ ਵੀ ਡਿਸ਼ ਟੀਵੀਆਂ ਮਿਲ ਜਾਣਗੀਆਂ। ਇਹ ਹੁਣ ਹਰ ਘਰ 'ਚ ਉਰੇ ਬਰੌਡਬੈਂਡ ਹੈ, ਹਰ ਪਿੰਡ 'ਚ ਬਰੌਡਬੈਂਡ ਪਹੁੰਚਿਆ ਹੈ, ਪਰ ਫਿਰ ਵੀ ਦੇਖੋ ਇਹ ਸਾਰੀਆਂ। ਆਹ ਦੇਖੋ ਆਹ ਛਾਤਰੀ ਹੈ ਵੀ, ਬਹੁਤ ਜ਼ਿਆਦਾ ਟੀ ਵੀ ਦੇਖਦੇ ਆ ਵੀ, ਵਧੀਆ ਲੱਗਦੇ ਇਹਨਾਂ ਨੂੰ। ਇੱਧਰ ਵੀ ਘਾਹ ਫੂਸ ਜਿਹਾ ਪਿਆ ਹੈ ਸਾਰੇ ਜਾਨਵਰਾਂ ਨੂੰ ਪਾਉਣ ਵਾਸਤੇ, ਕਾਫੀ ਸਾਰਾ ਹੀ ਡੰਗਰਾਂ ਦਾ ਹੀ, ਇੰਨਾ ਵੱਡਾ ਘਰ ਜਿਹਾ, ਕਾਫੀ ਗੋਹਾ ਗੋਹਾ ਜਿਹਾ ਪਿਆ ਯਾਰ ਉਰੇ।
ਆ ਸਾਰੇ ਵੀ ਬਾੜੇ ਬੂੜੇ ਨੇ, ਆ ਗੋਆ ਜਿਹਾ ਦੇਖ ਕੇ ਤਾਂ ਪੂਰੀ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਮੈਨੂੰ। ਜਿਹੜਾ ਚਿੱਟਾ ਚਿੱਟਾ ਹੈ ਨਾ ਵੀ, ਇਹਦੇ ਵਿੱਚ ਸਬਜ਼ੀਆਂ ਸੁਬਜ਼ੀਆਂ ਕਾ ਹੁੰਦੀਆਂ, ਠੰਡ ਜ਼ਿਆਦਾ ਪੈਂਦੀ ਹੈ ਤਾਂ ਕਰਕੇ ਕਵਰ ਕੀਤਾ ਹੁੰਦਾ। ਘਰ ਬਹੁਤ ਜ਼ਿਆਦਾ ਸੋਹਣਾ, ਕੋਈ ਦਿਖ ਨਹੀਂ ਰਿਹਾ, ਨਹੀਂ ਅੰਦਰੋਂ ਵੀ ਦਿਖਾ ਦਿੰਦਾ। ਸੜਕਾਂ ਛੁੜਕਾਂ ਯਾਰ ਪੱਕੀਆਂ ਨਹੀਂ ਹੈਗੀਆਂ, ਕੱਚੀਆਂ ਜਿਹੀਆਂ ਹੀ ਨੇ। ਬਾਹਲਾ ਜ਼ਿਆਦਾ ਰਿਮੋਟ ਏਰੀਆ, ਜਮਾਂ ਰੂਰਲ ਏਰੀਆ 'ਚ ਮੈਂ ਫਿਰ ਰਿਹਾ ਹੈ ਨਾ। ਆਹ ਦੁਕਾਨ ਹੈ ਵੀ ਕੋਈ, ਪਰ ਹੁਣ ਤਾਂ ਇਹ ਬੰਦ ਬੁੰਦ ਹੋ ਗਈ। ਗਲੀਆਂ ਵੀ ਬਹੁਤ ਜ਼ਿਆਦਾ ਚੌੜੀਆਂ ਨੇ, ਖੁੱਲ੍ਹੀਆਂ ਨੇ ਪੂਰੀਆਂ। ਹਰ ਦੇਸ਼ 'ਚ ਵੀ ਦੋ ਤਰ੍ਹਾਂ ਦੇ ਪਿੰਡ ਹੁੰਦੇ, ਇੱਕ ਤਾਂ ਜਿਹੜੇ ਬਾਹਲੇ ਤਰੱਕੀ ਵਾਲੇ ਹੈ ਨਾ, ਸਾਰਾ ਕੁਛ ਪੱਕਾ ਹੁੰਦਾ, ਇੱਕ ਵੀ ਜਮਾਂ ਹੀ ਜਿਹੜੇ ਕੁਦਰਤ ਨਾਲ ਜੁੜੇ ਹੁੰਦੇ ਆ, ਸਾਰਾ ਕੁਛ ਕੱਚਾ ਹੀ ਹੁੰਦਾ ਹੈ ਨਾ। ਮੈਂ ਘਰ ਘਰ ਉਹਨਾਂ ਦੇ ਵਧੀਆ ਹੀ ਹੁੰਦੇ ਆ, ਉਵੇਂ ਦੇ ਹੀ ਇਹ ਪਿੰਡ ਨੇ। ਘਰ ਘਰ ਇਹਨਾਂ ਦੇ ਸਾਰੇ ਲੱਕੜ ਦੇ ਫਸਟ ਕਲਾਸ ਨੇ, ਖਾਂਦੇ ਪੀਂਦੇ ਐਸ਼ ਨੇ ਆ ਪਿੰਡ, ਕਿਉਂਕਿ ਇਹ ਖੇਤੀਬਾੜੀ ਵਾਲੇ ਬੰਦੇ ਆ ਪਿਓਰ। ਆਹ ਦੇਖੋ ਇਹ ਬਾਉਂਡਰੀ ਜੀ ਤੋੜੀ ਪਈ ਹੈ ਬਈ, ਬਰਫ਼ ਦੇਖੋ ਕਿੰਨੀ ਜ਼ਿਆਦਾ ਹੈ ਅੰਦਰ। ਇੰਨੀ ਬਰਫ਼ 'ਚ ਯਾਰ ਉਹਦੇ ਸਰਵਾਈਵ ਕਰਨਾ ਸੱਚੀ ਬਾਹਲਾ ਹੀ ਔਖਾ ਹੈ। ਹੁਣ ਤਾਂ ਟੈਂਪਰੇਚਰ ਫਿਰ ਵੀ ਠੀਕ ਹੈ, ਮਤਲਬ ਜਨਵਰੀ 'ਚ ਤਾਂ ਉਰੇ ਮੈਨਸ 30-40 ਤਾਂ ਨੋਰਮਲ ਜੀ ਇਹ ਗੱਲ ਹੈ। ਖਾਲੀ ਏਰੀਆ ਬਹੁਤ ਜ਼ਿਆਦਾ ਹੈ ਪਿੰਡ 'ਚ ਵੀ, ਪੂਰੀ ਪਲਾਨਿੰਗ ਨਾਲ ਜਿਵੇਂ ਪਿੰਡ ਬਣਾਏ ਹੋਣ ਹੈ ਨਾ, ਪੂਰੇ ਲੰਬੀਆਂ ਮਤਲਬ ਚੌਂਕ ਜਿਹੇ ਹੈ ਨਾ, ਸਿੱਧੀਆਂ ਸੜਕਾਂ ਨੇ, ਜਮਾਂ ਸਿੱਧੇ ਰਾਹ ਨੇ ਯਾਰ ਬਿਲਕੁਲ। ਇਹ ਸੜਕ ਹੈ ਬਈ, ਇਹ ਟੁੱਟ ਰਹੀ ਹੈ ਦੇਖੋ ਜ਼ਿਆਦਾ ਠੰਡ ਪਾਣੀ ਕਰਕੇ। ਦੇਖੋ ਹੇਠਾਂ ਪੁਲੀਆਂ ਦੱਬੀਆਂ ਹੋਈਆਂ ਨੇ ਸਾਰੀਆਂ, ਵੀ ਉੱਧਰੋਂ ਪਾਣੀ ਆ ਕੇ ਹੇਠਾਂ ਤੋਂ ਕ੍ਰੋਸ ਹੋ ਜਾਏ ਹੈ ਨਾ। ਪ੍ਰਬੰਧ ਤਾਂ ਵਧੀਆ ਕੀਤੇ ਯਾਰ ਇਹਨਾਂ ਨੇ, ਐਸੀ ਗੱਲ ਨਹੀਂ। ਸੋਹਣਾ ਵਿਊ ਹੈ, ਇਹ USSR ਵੇਲੇ ਦਾ ਘਰ ਲੱਗ ਰਿਹਾ ਮੈਨੂੰ। ਇਹਦੀਆਂ ਚਿਮਣੀਆਂ ਵੀ ਸਾਰੀਆਂ ਇੰਟਾਂ ਦੀਆਂ ਨੇ, ਕਾਫ਼ੀ ਜ਼ਿਆਦਾ ਪੁਰਾਣੀ ਇਹਦੀ ਛੱਤ ਹੈ। ਆਹ ਪੁਰਾਣਾ ਘਰ ਹੈ, ਨਾਲ ਹੀ ਇਹਦੇ ਮਾਡਰਨ ਘਰ, ਉਹਦੀ ਚਿਮਣੀ ਦੇਖੋ, ਇਹਦੀ ਛੱਤ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ। ਰਸ਼ੀਆ 'ਚ ਵੀ ਗੱਡੀ ਤੁਹਾਨੂੰ ਜ਼ਿਆਦਾ ਲਾਡਾ ਹੀ ਮਿਲੂਗੀ ਜਾਂ ਲਾਡਾ ਵਾਲੀਆਂ ਦੀਆਂ ਗੱਡੀਆਂ, ਕਿਉਂਕਿ ਇਹਨਾਂ ਦੀ ਹੈ ਨਾ। ਆਹ ਦੇਖੋ ਗਰਮੀ 'ਚ ਤਾਂ ਯਾਰ ਉਰੇ ਤੁਹਾਨੂੰ ਪਿੰਡ 'ਚ ਪੂਰੇ ਟਰੈਕਟਰ ਡਾਕਟਰ ਹੈ ਨਾ, ਪੂਰੇ ਸੰਦ ਸਾਧਨ ਦੇਖਣ ਨੂੰ ਮਿਲਣਗੇ, ਕਿਉਂਕਿ ਵੱਡੇ ਪੱਧਰ 'ਤੇ ਉਰੇ ਖੇਤੀ ਹੁੰਦੀ ਹੈ। ਬਹੁਤ ਜ਼ਿਆਦਾ ਨੈਚੁਰਲ ਰਿਚ ਹੈ ਰਸ਼ੀਆ ਹਰ ਚੀਜ਼ ਪੱਖੋਂ। ਘਰ ਦਾ ਗੇਟ ਦੇਖੋ ਵੀ ਪੂਰਾ ਹੀ ਹਰਾ ਹਰਾ ਜਿਹਾ ਹੈ, ਨਾਲ ਗੈਰੇਜ, ਗੈਰੇਜ ਉਰੇ ਬਾਹਰ ਹੁੰਦੇ ਆ ਦੇਖੋ, ਗੈਰੇਜ ਬਾਹਰ ਹੈ ਬਿਲਕੁਲ, ਅਤੇ ਘਰ ਦਾ ਗੇਟ ਅਲੱਗ ਹੈ। ਘਰ ਦੇ ਅੰਦਰ ਵੀ ਖਾਣਾ ਬਣਨਾ ਸ਼ੁਰੂ ਹੋ ਗਿਆ, ਦੇਖੋ ਚਿਮਣੀ ਚੱਲ ਪਈ ਜਿਵੇਂ ਫੈਕਟਰੀ ਦੀ ਚੱਲਦੀ ਹੁੰਦੀ ਹੈ। ਆ ਜਿਹੜਾ ਬੋਰਡ ਜਿਹਾ ਲੱਗਿਆ ਨਾ ਅਜੋਨ ਦਾ, ਇਹ ਰਸ਼ੀਆ ਦੀ ਸਭ ਤੋਂ ਵੱਡੀ ਵੀ ਈਕਮਰਸ ਦੀ ਵੈਬਸਾਈਟ ਹੈ ਅਜੋਨ, ਇਹ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਕੁਛ ਵੀ। ਜ਼ਿਆਦਾ ਠੰਡ 'ਚ ਵੀ ਆਹੀ ਪੰਗਾ, ਤੁਹਾਨੂੰ ਲੋਕ ਜਮ੍ਹਾਂ ਹੀ ਨਹੀਂ ਮਿਲਣਗੇ ਬਾਹਰ ਹੈ ਨਾ। ਆਪਣੇ ਤਾਂ ਠੰਡ ਕੁਛ ਵੀ ਨਹੀਂ ਪੈਂਦੀ, ਉਰੇ ਵਾਲੀ ਠੰਡ 'ਚ ਤਾਂ ਉਵੇਂ ਬੰਦਾ ਮਰ ਜੇ ਹੈ ਨਾ, ਜਾਂਦੇ ਬਚਣ ਦੇ ਹਾਲਾਤ ਹੀ ਨਹੀਂ ਜੇ ਬਾਹਰ ਬੂਹਰ ਰਹਿ ਜੇ। ਸੁੰਗੜਨ ਵਾਲੀ ਠੰਡ ਹੈ ਉਰੇ ਦੀ ਹੈ ਨਾ, ਹੈਲੋ ਹੀ ਮਸਾਂ ਨਿਕਲਦੀ ਹੈ ਮੂੰਹ 'ਚੋਂ। ਇਹ ਤਾਂ ਚਲੋ ਪੀਂਦੇ ਆ ਵੀ, ਗਰਮ ਚੀਜ਼ਾਂ ਖਾਂਦੇ ਆ, ਉਰੇ ਜਨਮ ਲਏ ਇਹਨਾਂ ਨੇ ਹੈ ਨਾ, ਤਾਂ ਇਹਨਾਂ ਨੂੰ ਆਦਤ ਪੈ ਰਹੀ ਹੈ। ਬਰਫ਼ ਤਾਂ ਐਂ ਪਈ ਹੈ ਉਰੇ, ਬਸ ਵਿਛੀਏ ਪਈ ਹੈ ਲੰਬੀ, ਇਹ ਤਾਂ ਖੁਰ ਗਈ ਹੁਣ, ਪਹਿਲਾਂ ਤਾਂ ਉਰੇ ਪਤਾ ਨਹੀਂ ਕਿੰਨੀ ਕੁ ਬਰਫ਼ ਹੋਣੀ। ਗੰਦ ਗੁੰਦ ਤਾਂ ਨਹੀਂ ਹੈਗਾ ਯਾਰ, ਉੱਧਰ ਤਾਂ ਚਲੋ ਡੰਗਰ ਜੇ ਸੀ, ਸਾਫ਼ ਸਫਾਈ ਬਹੁਤ ਹੈ। ਇੱਧਰ ਆ ਯਾਰ ਮੇਨ ਪਿੰਡ, ਉਹ ਤਾਂ ਆਪਾਂ ਜਮਾਂ ਆਊਟਰ ਸਾਈਡ ਹੀ ਫਿਰਦੇ ਸੀ। ਆਹ ਦੇਖੋ ਜਮਾਂ ਪੱਕੀ ਸੜਕ ਜੀ, ਆਹ ਜਵਾਕ ਫਿਰ ਰਿਹਾ, ਕਾਫ਼ੀ ਵੱਡਾ ਪਿੰਡ ਯਾਰ, ਮੈਨੂੰ ਛੋਟਾ ਜਿਹਾ ਲੱਗ ਰਿਹਾ ਸੀ। ਸਾਈਕਲ ਸਿਖਾ ਰਹੀ ਹੈ, ਇਹਨਾਂ ਦੇ ਕੱਪੜੇ ਦੇਖ ਲਓ ਕਿਵੇਂ ਦੇ ਬੂਟ ਪਾਏ ਹੋਏ ਨੇ, ਤਾਂ ਬਹੁਤ ਠੰਡ ਹੈ ਉਰੇ। ਦਵਾਈ 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 ਵੀ ਮਤਲਬ ਕਮਾਉਣ ਕਮਾਉਣ, ਦਵਾਈ ਦਵਾਈ। ਆਹ ਸਕੂਲ ਦਾ ਗੇਟ ਹੈ ਬਈ, ਫਿਰ ਇਹਦਾ ਖੁੱਲ੍ਹਾ ਹੀ ਹੈ ਦੇਖੋ। ਇਹ ਸਾਰਾ ਸਕੂਲ ਹੈ ਪਿੰਡ ਦਾ, ਆਹ ਬਾਸਕਿਟਬਾਲ ਵਾਲਾ ਲੱਗਿਆ, ਸਾਹਮਣੇ ਮੇਨ ਏਰੀਆ ਆ ਗਿਆ ਇੱਧਰ ਬੈਠਣ ਬੂਠਣ ਨੂੰ। ਮੈਨਸ 40-40 ਚਾਰ ਉਰੇ ਸਕੂਲ ਨੋਰਮਲ ਜਿਹਾ ਹੀ ਲੱਗਦਾ ਨਾ, ਜੇ ਮੈਨਸ 60-65 ਤੇ ਵਗ ਜੇ ਫਿਰ ਕਿਧਰੇ ਛੁੱਟੀ ਹੁੰਦੀ ਹੈ, ਮੈਨਸ 40-50  'ਚ ਉਰੇ ਨੋਰਮਲ ਬੱਚੇ ਪੜ੍ਹਦੇ ਆ ਸਕੂਲਾਂ 'ਚ। ਇੱਧਰ ਸਾਰੇ ਵੀ ਝੂਲੇ ਚੱਲ ਲਿਆ ਖੇਡਣ ਖੁੱਡਣ ਨੂੰ ਹੁਣ, ਪ੍ਰਬੰਧ ਪੂਰਾ ਕੀਤਾ ਹੈ। ਇਹ ਪੁਰਾਣੇ ਵੀ ਕਮਿਊਨੀਕੇਟ ਵਾਲੇ ਡਿਵਾਈਸ ਲੱਗੇ ਹੋਏ ਜਿਵੇਂ ਆਪਣੇ ਪੁਰਾਣਾ ਇੰਟਰਨੈਟ ਹੁੰਦਾ ਸੀ, ਬਾਕੀ ਤਾਂ ਫਾਈਬਰ ਪਾਈ ਹੋਈਆਂ ਨੇ ਦੇਖੋ ਸਾਰੀਆਂ ਤਾਰਾਂ 'ਤੇ। ਸੋਹਣਾ ਯਾਰ ਪਿੰਡ, ਘੈਂਟ ਹੈ। ਇਹ ਬਾਉਂਡਰੀ ਜੀ ਵੀ ਤੁਹਾਨੂੰ ਖੇਤਾਂ 'ਚ ਵੀ ਮਿਲ ਜੂਗੀ, ਹਰ ਪਾਸੇ ਮਿਲ ਜੂਗੀ, ਮਿਲੂਗੀ ਲੱਕੜ ਦੀ। ਇਹ ਜਾਨਵਰਾਂ ਤੋਂ ਰੱਖਿਆ ਵਾਸਤੇ ਹੁੰਦੀ ਹੈ ਬਈ, ਦੇਖੋ
ਇਹ ਸਾਈਨ ਵੀ ਰੁਕਣ ਦਾ, ਰਿਫਲੈਕਟਰ ਲੱਗਿਆ ਰਾਤ ਨੂੰ। ਬੱਸ ਬੰਦ ਹੋ ਜੂਗੀ ਯਾਰ 20 ਮਿੰਟਾਂ ਤੱਕ, ਹੁਣ ਆਪਾਂ ਚੱਲ ਰਹੇ ਹਾਂ ਵੀ ਅੱਡੇ 'ਤੇ, ਅਤੇ ਆਲੇ ਦੁਆਲੇ ਯਾਰ ਬਰਫ ਹੀ ਬਰਫ ਆ ਉਰੇ, ਬਸ ਹੋਰ ਕੁਛ ਨਹੀਂ। ਇਹ ਸਾਰੀ ਬਰਫ ਵੀ ਪਾਣੀ ਹੀ ਬਣੂਗੀ। ਐਵੇਂ ਮਹਿਸੂਸ ਹੋ ਰਿਹਾ ਜਿਵੇਂ ਰਸ਼ੀਆ ਦਾ ਉੱਜੜਿਆ ਹੋਇਆ ਪਿੰਡ ਹੈ ਨਾ, ਕਿਉਂਕਿ ਲੋਕ ਤਾਂ ਹੈ ਹੀ ਨਹੀਂ ਯਾਰ ਉਰੇ, ਘਰ ਹੀ ਘਰ ਨੇ, ਮੇਰੀ ਲੱਕੜ ਹੀ ਲੱਕੜ ਹੈ। ਇਹਨੂੰ ਵੀ ਦੇਖੋ ਰਾਹ ਲੱਕੜ ਦਾ ਬਣਾਇਆ ਪੁਲ, ਇੱਥੋਂ ਪਾਣੀ ਵਗਦਾ ਵੀ। ਹੁਣ ਜਦੋਂ ਬਰਫ਼ ਪਿਘਲੂਗੀ ਵੀ ਗਰਮੀਆਂ 'ਚ ਸਾਰਾ ਪਾਣੀ ਆਊਗਾ ਪਿੰਡ 'ਚ ਆਲੇ ਦੁਆਲੇ, ਤਾਂ ਹੀ ਇਹ ਸਾਰੀਆਂ ਢੋਲੀਆਂ ਦੱਬੀਆਂ ਹੋਈਆਂ ਨੇ, ਥਾਂ ਥਾਂ ਪ੍ਰਬੰਧ ਕੀਤੇ ਹੋਏ ਆ। ਦੁਨੀਆਂ ਦੇ ਜਿੰਨੇ ਵੀ ਠੰਡੇ ਇਲਾਕੇ ਨੇ, ਚਾਹੇ ਮਨਾਲੀ ਹੈ, ਚਾਹੇ ਕਸ਼ਮੀਰ ਹੈ, ਚਾਹੇ ਰਸ਼ੀਆ ਹੈ, ਹੈ ਨਾ, ਉੱਥੇ ਲੋਕਾਂ ਦਾ ਜਿਹੜਾ ਜੀਵਨ ਹੁੰਦਾ ਵੀ ਸਰਵਾਈਵ ਕਰਨ ਦਾ, ਆਲਮੋਸਟ ਸੇਮ ਹੀ ਹੁੰਦਾ। ਗਰਮੀਆਂ 'ਚ ਸਾਰੀਆਂ ਚੀਜ਼ਾਂ ਪ੍ਰਜ਼ਰਵ ਕਰ ਲੈਣੀਆਂ ਨਾ, ਜੈਮ ਬਣਾ ਲੈਣੇ ਜਾਂ ਲੱਕੜਾਂ ਲੁੱਕੜਾਂ, ਉਦੋਂ ਬਸ ਉਹ ਸਿਆਲ 'ਚ ਵਰਤਣੀਆਂ। ਆਹ ਕੁੱਤਾ ਜਿਹਾ ਵੀ ਲੱਕੜਾਂ ਜੀਆਂ ਬਹੁਤ ਪਈਆਂ ਨੇ। ਆਹ ਦੇਖੋ ਮੰਗੋਲੀਆ 'ਚ ਤਾਂ ਟੈਂਪਰੇਰੀ ਘਰ ਸੀ, ਉਰੇ ਪੱਕੇ ਨੇ ਇਹਨਾਂ ਦੇ, ਬਣਾਏ ਉਹੀ ਸਟਾਈਲ 'ਚ ਹੋਏ ਨੇ ਗੋਲ ਗੋਲ ਦੇ, ਕਿਉਂਕਿ ਇਹ ਵੀ ਤਾਂ ਮੰਗੋਲੀਆ ਹੀ ਸੀ ਯਾਰ, ਮੰਗੋਲੀਆ ਦਾ ਹਿੱਸਾ ਹੀ ਸੀ। ਤੁਹਾਨੂੰ ਕਿਹਾ ਸੀ ਨਾ ਵੀ ਇਹ ਮੰਗੋਲੀਆ ਹੀ ਸੀ, ਇਹ ਤੀਜਾ ਮੰਗੋਲੀਆ, ਤਾਂ ਉਵੇਂ ਦੇ ਘਰ ਨੇ, ਬਸ ਇਹ ਪੱਕੇ ਨੇ, ਕਿਉਂਕਿ ਰਸ਼ੀਆ ਥੋੜ੍ਹਾ ਤਰੱਕੀ ਦੇ ਰਾਹ 'ਤੇ ਜ਼ਿਆਦਾ ਆ ਵੀ ਮੰਗੋਲੀਆ ਨਾਲੋਂ। ਇਹ ਸਾਰੀ ਵੀ ਪੱਕੀ ਕੀਤੀ ਹੈ ਦੇਖੋ ਪੱਥਰਾਂ ਦੀ, ਹੈ ਨਾ, ਉੱਪਰ ਜਾਲ ਜਿਹਾ ਪਾਇਆ, ਅਤੇ ਜਦੋਂ ਇਹ 'ਚ ਪਾਣੀ ਚੱਲਦਾ ਨਾ ਬਈ, ਇੱਕ ਨੰਬਰ ਹੁੰਦਾ ਨਾ ਉਰੇ ਮਾਹੌਲ ਗਰਮੀ 'ਚ। ਆਹ ਪੌੜੀਆਂ ਵੀ ਬਣਾਈਆਂ ਗਈਆਂ ਨੇ ਵੀ, ਵਿੱਚ ਦੇਖੋ ਪੱਥਰ ਦੀਆਂ ਨੇ, ਵਿੱਚੇ ਲੱਕੜ ਦੀਆਂ ਨੇ। ਗਰਮੀ 'ਚ ਤਾਂ ਇਹ ਸੂਏ 'ਚ ਇੱਥੇ ਨਹਾਉਂਦੇ ਹੋਣੇ, ਰਸ਼ੀਆਂ ਨੂੰ ਪੂਰੇ ਬੀਅਰਾਂ ਬੂਰਾਂ ਲੈ ਕੇ ਉਰੇ ਬਹਿੰਦੇ ਹੋਣੇ, ਮਹਿਫਲ ਜੱਚਦੀ ਆ ਰੇ ਸ਼ਾਮ ਨੂੰ। ਉਹ ਦੇਖੋ ਗੱਡੀ ਜਾ ਰਹੀ ਹੈ, ਖੁੱਲ੍ਹ ਗੈਰੇਜ ਖੁੱਲ੍ਹ ਗਿਆ, ਲਓ ਆਟੋਮੇਟਡ ਹੈ ਗੈਰੇਜ। ਲਾਸਟ ਹੀ ਬੱਸ ਹੈ ਬਈ, ਮਿਲ ਗਈ ਸਾਨੂੰ, ਨਹੀਂ ਪਤਾ ਨਹੀਂ ਕਿਵੇਂ ਜਾਂਦੇ ਅਸੀਂ। ਖੁੱਲ੍ਹ ਜਾ ਸਿਮਸਨ, ਲਓ ਬਈ ਭਰੀ ਹੋਈ ਹੈ, ਦੇਖੋ ਚੜ੍ਹ 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 ਜਾ। ਬਾਹਰ ਦਾ ਮਾਹੌਲ ਕਿੰਨਾ ਘੈਂਟ ਹੈ ਯਾਰ, ਲਓ ਵੀ ਉੱਤਰ ਗਏ। ਇੱਥੇ ਹੋਰ ਬੱਸਾਂ ਖੜੀਆਂ ਨੇ ਸਾਰੀਆਂ। ਆਹ ਛੋਟਾ ਜਿਹਾ ਬੱਸ ਸਟੈਂਡ ਹੈ ਬਈ, 130 ਨੰਬਰੀ ਬੱਸ ਜਾਂਦੀ ਹੈ ਜ਼ਿਆਦਾਤਰ ਇੱਥੋਂ। ਔਰ ਇਹ ਵੀ ਛੋਟਾ ਜਿਹਾ ਬੱਸ ਅੱਡਾ, ਇਹ ਵੀ ਲੱਕੜ ਦਾ ਹੀ ਲੱਗਿਆ ਉਰੇ ਸਾਰਾ ਸਮਾਨ। ਆਹ ਇਮਾਰਤ ਦੇਖੋ ਵੀ ਕਿੰਨੀ ਜ਼ਿਆਦਾ ਪੁਰਾਣੀ ਹੈ, ਇੰਟਾਂ ਜਾਂਦੀ ਬਣੀ ਹੋਈ ਹੈ ਸਾਰੀ। ਪੌਣੇ 7 ਵੱਜ ਗਏ ਵੀ, ਅਤੇ ਆਪਾਂ ਮੰਗੀ ਮਹਿਲਾਂ ਵਾਲੇ ਨਾਲ ਪਹੁੰਚ ਗਏ ਸਿਟੀ ਸੈਂਟਰ 'ਚ। ਬੰਦਾ ਗੁੱਡਾ, ਇਹਨੂੰ ਕਾਫੀ ਵਹਿਣੀ ਆਪਾਂ ਨੇ। ਆ ਸਿਟੀ ਸੈਂਟਰ ਦਾ ਕੁਛ ਐਵੇਂ ਦਾ ਨਜ਼ਾਰਾ, ਉੱਧਰਲੀ ਸਾਈਡ ਟੱਪਦੇ ਹਾਂ ਰੋਕ, ਸਾਰੀਆਂ ਇਮਾਰਤਾਂ ਨੇ, ਕਾਫੀ ਸੋਹਣਾ ਯਾਰ ਏਰੀਆ ਸਿਟੀ ਸੈਂਟਰ। ਲੈਨਿਨ ਦਾ ਵੀ ਸਿਰਜਾ ਹੀ ਹੈ ਗੱਲਾਂ, ਹੈ ਨਾ, ਪਤਾ ਨਹੀਂ ਬਾਡੀ ਦਾ ਤਾਂ ਨਹੀਂ ਕਿੱਧਰ ਲੈ ਗਏ ਚੱਕ ਕੇ ਪੱਟੂ, ਉਹ ਤਾਂ ਉੱਥੇ ਮੋਸਕੋ ਪਈ ਹੈ ਸੱਚੋਂ, ਤੁਹਾਨੂੰ ਦਿਖਾਈ ਸੀ ਉਹ ਬਲੌਗ ਦੇਖ ਲਈ ਹਾਂ। ਹੇਠਾਂ ਬੀ ਮਤਲਬ ਵਲਾਦੀਮਿਰ ਲੈਨਿਨ, ਸਾਹਮਣੇ ਵੀ ਥੀਏਟਰ ਜਿਹਾ ਹੈ, ਏਰੀਆ ਕਾਫੀ ਖੁੱਲ੍ਹਾ ਹੈ ਔਰ ਆਬਾਦੀ ਘੱਟ ਹੈ। ਬਾਹਲੇ ਤਗੜੇ ਤਰੀਕੇ ਨਾਲ ਇਹਨਾਂ ਨੇ ਸਾਰੇ ਸ਼ਹਿਰ ਵਸਾਇਆ ਯਾਰ, ਮੈਂ ਤਾਂ ਕਾਫੀ ਇਹਨਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ, ਇਹ ਦੇਸ਼ ਦਾ ਨਹੀਂ ਯਾਰ ਕੋਈ ਮੁਕਾਬਲਾ, ਇੰਨਾ ਜ਼ਿਆਦਾ ਪੁਰਾਣਾ ਫਿਰ ਵੀ ਇੰਨਾ ਜ਼ਿਆਦਾ ਸੋਹਣਾ। ਪ੍ਰੀਵੀਆ ਕੱਕ ਦਿਲਾ, ਨਮਸਤੇ ਨਮਸਤੇ, ਯੂ ਸਪੀਕ ਇੰਡੀਅਨ ਚੂਚੂ, ਯੂ ਹੈਵ ਬੀਨ ਟੂ ਇੰਡੀਆ ਔਰ ਨਾਟ? ਓਕੇ ਬਾਏ। ਕੌਫੀ 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 ਪੀਣੀ ਹੈ? You want to drink coffee? I don't like coffee. Oh, tabe iglesa kursiva. Ehdi akhan dekho kivein diyan ne. Bye bye, pakka pakka. Kyon chopra? Ae da shikari ha apa. Har kise nu bula leinde ha. Eh haran hunda vi har kise nu eh bula lenda. Batti ho rahi hai bhai. Hari ho jande phir hi challange, oi chaadde ore. ਆਹ ਛੋਟੀ ਜਿਹੀ ਬੱਸ ਮੈਂ ਪਹਿਲੀ ਵਾਰ ਦੇਖ ਰਿਹਾ ਰਸ਼ੀਆ ਦੇ ਕਿਸੇ ਸ਼ਹਿਰ 'ਚ, ਮੋਸਟਲੀ ਸਾਰੀਆਂ ਬੱਸਾਂ ਉਰੇ ਵੱਡੀਆਂ ਹੀ ਚੱਲਦੀਆਂ ਹੁੰਦੀਆਂ ਨੇ, ਉਰੇ ਵੀ ਚੱਲਦੀਆਂ ਨੇ ਵੱਡੀਆਂ ਬੱਸਾਂ, ਇਲੈਕਟ੍ਰਿਕ ਨੇ ਪਰ ਵੱਡੀਆਂ। ਇਹ ਸਾਰੀਆਂ ਰਸ਼ੀਆ 'ਚ ਹੀ ਬਣੀਆਂ ਹੋਈਆਂ ਨੇ ਬਈ, ਐਂ ਨਹੀਂ ਚਾਈਨਾ 'ਚ ਵਾਲੀਆਂ ਨੇ ਹੈਗੀਆਂ। ਹੋ ਗਈ ਹਰੀ ਬੱਤੀ, ਲੈ ਟਿਕ ਜੋ, ਨਾ ਕਰੋ ਚੌੜ, ਠੰਡ ਕਰਕੇ ਵੀ ਏਰੀਆ ਸੁੰਨਾ ਪਿਆ,
ਗਰਮੀ 'ਚ ਤਾਂ ਉਰੇ ਤੁਹਾਨੂੰ ਮਤਲਬ ਬੈਠਣ ਨੂੰ ਥਾਂ ਨਹੀਂ ਮਿਲਣੀ, ਫੁਹਾਰੇ ਫੁਹਰੇ ਚੱਲਦੇ ਹੁੰਦੇ ਆ ਗਰਮੀ 'ਚ ਪੂਰੀ ਰੌਣਕ ਉਰੇ, ਮੈਂ ਮਿਊਜ਼ਿਕ ਮਾਰ ਕੇ ਚੱਲਦਾ ਹੁੰਦਾ, ਬੀਅਰਾਂ ਲੈ ਕੇ ਬੈਠੇ ਹੁੰਦੇ ਆ, ਅਲੱਗ ਹੀ ਲੈਵਲ ਦਾ ਮਾਹੌਲ ਹੁੰਦਾ। ਆਹ ਥੀਏਟਰ ਆ ਗਿਆ ਬਈ ਅਪੇਰਾ, ਉਰੇ ਹਰ ਸ਼ਹਿਰ 'ਚ ਹੀ ਹੁੰਦਾ, ਬਹੁਤ ਸੋਹਣਾ ਯਾਰ ਇਹ ਤਾਂ। ਇਹਨੂੰ ਕੌਫੀ ਪਿਆਨੇ ਆ ਯਾਰ, ਮੈਂ ਵੀ ਪੀਨਾ ਯਾਰ, ਠੰਡ ਬਹੁਤ ਹੈ। ਆਹ ਸਾਹਮਣੇ ਵੀ ਫੁੱਲਾਂ ਦੀ ਦੁਕਾਨ, ਉਰੇ ਥਾਂ ਥਾਂ ਹੁੰਦੀ ਆ ਕਿਉਂਕਿ ਪਦ ਰੋਗਾਂ ਨੂੰ ਫੁੱਲ ਬਹੁਤ ਦਿੰਦੇ ਆ ਬਈ। ਦੂਰ ਤੋਂ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਵੀ ਇਹ ਸਾਰਾ ਥੀਏਟਰ ਜਿਹਾ। ਅੱਜ ਇੱਧਰ ਪੀਂਦੇ ਹਾਂ ਕੌਫੀ। ਇਹ ਸ਼ੱਕਰ ਲਿਖਿਆ ਬਈ ਰਸ਼ੀਨ ਪਾਸ, ਭੀੜ ਜੀ ਤਾਂ ਘੱਟ ਹੀ ਹੈ ਪਰ ਸਹੀ ਹੋਊਗੀ। ਕਾਫੀ ਘੈਂਟ ਕੈਫੇ ਹੈ ਵੀ, ਦੇਖੋ ਲਾਈਟਾਂ ਲੁੱਟਾਂ ਲੱਗੀਆਂ ਹੋਈਆਂ ਨੇ। ਆਹ ਕੇਕ ਕੂਕ ਜੇ ਵੀ ਮਿਲ ਜਾਣਗੇ ਤੁਹਾਨੂੰ ਖਾਣ ਨੂੰ, ਹੋਰ ਲਾਟਰ ਮਾ ਡੋਨਟ ਜੇ। ਮੈਂ ਛੋਟੀ ਔਡਰ ਕੀਤੀ ਸੀ ਕੌਫੀ, ਉਹਨੇ ਵੱਡੀ ਕੀਤੀ ਸੀ। ਕੌਫੀ ਦਾ ਨਸ਼ਾ ਨਾ ਯਾਰ ਦਾਰੂ ਨਾਲੋਂ ਵੀ ਮਾੜਾ ਹੈ, ਬਰਾਊਨ ਸ਼ੂਗਰ ਪਾ ਕੇ ਰੱਖਦੇ ਆ ਉਰੇ ਪੂਰੀ। ਪੀ ਕੇ ਦੇਖਦਾ ਵੀ ਟੇਸਟ ਘੈਂਟ ਯਾਰ ਕੌਫੀ, ਪਰ ਨਸ਼ਾ ਇਹਦਾ ਬਾਹਲਾ ਗੰਦਾ ਹੈ ਯਾਰ। 200 ਰੁਪਏ ਦੀ ਇੰਨੀ ਕੁ, 200 ਦੀਆਂ ਤਾਂ ਉਰੇ 4 ਬੀਅਰਾਂ ਆ ਜਾਂਦੀਆਂ ਨੇ। ਕੌਫੀ ਪੀਆ ਯਾਰ, ਇਹ ਭਾਈ ਦੀ ਬੱਸ ਹੈ ਤਾਂ ਮੈਂ ਹੁਣ ਜਾ ਰਿਹਾ ਉੱਧਰ ਐਕਸਪਲੋਰ। ਓਕੇ ਬਾਏ, ਪੱਕਾ ਪੱਕਾ। ਆ ਛੋਟੇ ਛੋਟੇ ਜਵਾਕ ਆ ਰਹੇ ਆ। ਪ੍ਰੀਵੀਅਸ ਕੱਕ ਦਿਲਾ ਖਰਾ ਸ਼ੋ ਨਰਮਲ ਯਾਰ, ਆ ਬਲੌਗਰ ਮੀਨੀ ਬਲੌਗਰ ਇੰਡੀਆ ਇੰਡੀਆ ਦਾ ਦਾ ਆ ਯੂਟਿਊਬ। ਓਕੇ ਓਕੇ ਅਸ ਕੋ ਵਾਸ ਪਦਪੀਸ਼ਿਕੋ ਮੈਂ ਉਹ ਨੂੰ ਦੈਂਸ ਮੈਂ ਖਰੋਸ਼ੇ ਦੋਬਲੀ ਦਾ ਮੀਨੀਆ ਦਾ 300000 ਮੋਸ਼ਨ ਫੋਟੋ ਪ੍ਰੀਵੀਅਸ ਦਾ ਫੋਟੋ ਖਿੱਚੋ ਵੀ ਪ੍ਰੀਵੀਅਸ ਖਿੱਚੇ ਆ ਰਹੀਆਂ ਨੇ ਡਰ ਗਈ ਜਾ। ਆ ਦੇਖੋ ਵੀ ਕਾਰਟੂਨ ਕੂਟੂਨ ਜੇ ਲਾ ਰਹੇ ਵਾਲੇ, ਮੈਂ ਨੀ ਦਿੰਦਾ 7 ਵਧੀਆ ਲੋਕ ਨੇ ਯਾਰ ਰਸ਼ੀਆ ਦੇ, ਦੇਖੋ ਕਿੰਨੀਆਂ ਵਧੀਆ ਸੀ ਬੱਚੀਆਂ ਸੀ, ਛੋਟੀਆਂ ਛੋਟੀਆਂ ਪਿਆਰੀਆਂ ਖੂਬਸੂਰਤ। ਚੋਕਲੇਟ ਦੇ ਦਿੰਦਾ, ਮੇਰੇ ਕੋਲ ਹੈ ਨੀ ਸੀ। ਆ ਬਿਲਡਿੰਗ ਦੇ ਉੱਪਰ ਵੀ ਪੂਰੀ ਪੇਂਟਿੰਗ ਜੀ ਬਣਾਈ ਹੋਈ ਹੈ, ਦੇਖੋ ਇੱਥੋਂ ਦੀ ਟ੍ਰੈਡੀਸ਼ਨਲ ਕਿੰਨੀ ਸੋਹਣੀ ਲੱਗ ਰਹੀ ਹੈ। ਅੱਗੇ ਦਰਖਤ ਹੈ, ਕਿੰਨੀ ਜ਼ਿਆਦਾ ਸੋਹਣੀ ਵੀ ਇਹ ਪੇਂਟਿੰਗ ਦੀ ਹੈ। ਦੇਖੋ ਆਹ ਇਮਾਰਤ ਜੀ ਆਈ ਹੈ ਵੀ, ਇਹ ਨੋਰਮਲ ਹੈ, ਇਹਦੇ ਅੰਦਰ ਕੈਫੇ ਕੂਫੇ ਹੋਣਾ ਕੁਛ ਨਹੀਂ। ਅੱਗੇ ਤਾਂ ਇਹ ਮੂਰਤੀ ਜੀ ਲੱਗੀ ਹੋਈ ਹੈ ਕਾਫੀ ਦੀ। ਰਸ਼ੀਆ 'ਚ ਨਾ ਵੀ ਦਾਸ਼ਾ ਅਕਤਰੀਨਾ ਇਹ ਨਾਂ ਜੇ ਬਹੁਤ ਜ਼ਿਆਦਾ ਫੇਮਸ ਨੇ, ਹੈ ਨਾ। 100 'ਚੋਂ ਤੁਹਨੂੰ 90 ਕੁੜੀਆਂ ਦੇ ਆਹੀ ਨਾਂ ਮਿਲਣਗੇ, ਜਿਵੇਂ ਆਪਣੇ ਵੀ ਮਨਪ੍ਰੀਤ ਜ਼ਿਆਦਾ ਮੋਸਟ ਕਾਮਨ ਜਿਹਾ ਨਾਮ ਹੈ, ਤਾਂ ਹੀ ਕਹਿ ਰਿਹਾ ਸੀ ਵੀ ਸਾਰੇ ਹੀ ਉਰੇ ਆਏ ਹੁੰਦੇ ਨੇ। ਆਹ ਡਾਊਨ ਟਾਊਨ ਜੇ ਏਰੀਏ 'ਚ ਆ ਗਿਆ ਮੈਂ, ਸੈਂਟਰਲ ਏਰੀਆ ਸਟਰੀਟ ਜੀ ਹੈ ਵੋਕਿੰਗ। ਆਹ ਦੇਖੋ ਇੱਧਰ ਚੱਲਦੇ ਹਾਂ, ਥੋੜ੍ਹਾ ਘੁੰਮਦੇ ਫਿਰਦੇ ਹਾਂ। ਆਹ ਵੋਕਿੰਗ ਸਟਰੀਟ ਜੀ ਆ ਗਈ ਵੀ, ਰਸ਼ੀਆ ਦੇ ਨਿੱਕੇ ਅਤੇ ਨਿੱਕੇ ਟਾਊਨ 'ਚ ਵੀ ਐਵੇਂ ਦੀ ਵੋਕਿੰਗ ਸਟਰੀਟ ਹੁੰਦੀ ਹੈ। ਲੋ ਹਾਂ ਹਾਂ ਮੈਂ ਆ ਗਿਆ, ਕੱਕ ਦਿਲਾ ਮੀਨੀਆ ਬਲੌਗਰ ਦਾਦਾ 1 ਮਿਲੀਅਨ ਫੋਲੋਅਰ।
О, нафига. Вы блогер, да? Да. Вы блогер? Да. Это самый блогер! Мини, ты сонния, бау сонния. Да, я, я. Джай зин дин ди Панджаб. Панджаба, Панджаба. Дин, 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 дин. Да? Жанде не чорна, гар ду. Куда выкладывать будешь? Русский чуть-чуть. А, русский чуть-чуть? Да, да, да. ਬਈ ਦੁਆ ਸਿਸਟਰਾ ਕਰਸੀਬਾ ਮਤਲਬ ਦੋਨੇ ਭੈਣਾਂ ਵੀ ਤੁਸੀਂ ਬਹੁਤ ਸੋਹਣੀ ਹੋ ਮੈਂ ਪਹਿਲਾਂ ਪੁੱਛਿਆ ਵੀ ਤੁਸੀਂ ਦੋਸਤ ਹੋ ਅਤਕੁਦਾ ਦੋਮ ਉਲਾਨੂ ਦੇ ਔਰ ਉਲਾਨੂ ਦੇ ਹਾਂ ਉਲਾਨੂ ਦੇ ਕਰਸੀਬਾ ਮੀਨੀਆ ਦੁਆ ਦਿਨ ਦੁਆ ਦਿਨ ਉਲਾਨੂ ਦੇ ਜ਼ਾਫਤਰਾ ਪੋਇਜ਼ਦ ਤੂੰ ਯਾਕੂਸਤ ਯਾਕੂਸਤ ਦਾ ਦਾ ਦੋਮੀਆ ਕੋ ਆਹ ਮੌਲ ਜਿਹਾ ਟਾਈਪ ਹੈ ਬਈ ਮੈਂ ਇਹਨਾਂ ਨੂੰ ਕਿਹਾ ਮੈਂ ਬੀਅਰ ਪੀਂਦੇ ਹਾਂ ਤੁਸੀਂ ਕਹਿੰਦੀ ਹਾਂ ਮਾਰਿਆਂ ਨੂੰ ਮੈਂ ਲਿਆਉਣਾ ਪਿਆ ਕੇ ਮੈਂ ਲਿਆ ਲੇਜ਼ ਇਹਨਾਂ ਨੇ ਲੈ ਚੋਕਲੇਟ ਲਈ ਕਿੰਨਾ ਕੁਛ ਚੱਕ ਲਿਆ ਲੈ ਇੰਨਾ ਪੀ ਜਾਏਗੀ ਇਹ ਤੂੰ ਦੇਖਿਓ ਲੈ ਲੋਕਲ ਸੈਂਟ ਪੀਟਰ ਬੋਡਕਾ ਜੈਕ ਪੀ ਜਾਏਗੀ ਇਟਸ ਫੋਰ ਯੂ ਚੋਕਲੇਟਾਂ ਦੇ ਦੀਆਂ ਚਿੱਲ ਕਰੋ ਹੁਣ ਫਿਰ ਉਹਨਾਂ ਨੂੰ ਮੈਂ ਉੱਥੇ ਬਿਠਾ ਦਾ ਵਾਂ ਤੁਸੀਂ ਖਾਓ ਪੀਓ ਔਰ ਇਹ ਗਿਟਾਰ ਵਜਾਉਣ ਲੱਗ ਰਿਹਾ ਇਹ ਸ਼ਹਿਰ ਦੀ ਆਬਾਦੀ ਘੱਟ ਹੈ ਤਾਂ ਔਰ ਇਹ ਰੌਣਕ ਵੀ ਘੱਟ ਹੀ ਹੈ ਥੋੜ੍ਹਾ ਜਿਹਾ ਠੰਡ ਦਾ ਵੀ ਫਰਕ ਪੈਂਦਾ ਕਾਫੀ ਸਾਰੇ ਕਹਿੰਦੇ ਫੋਟੋ ਖਿਚਾ ਇਹ ਕਾਫੀ ਕੁੜੀਆਂ ਆ ਗਈਆਂ ਕਕਤੀਵਿਆ ਸਬੂਤ ਵੀਕਾ ਵੀਕਾ ਮਾਈ ਜੀਮਾ ਦੀਮਾ ਸਟੱਡੀ ਸਟੱਡੀ ਯਾ ਕਾਲਜ ਸਕੂਲ ਯੂਨੀਵਰਸਿਟੀ ਵਸ਼ਮਾ ਮਾਈ ਸਕੂਲ ਇਨ ਦ 8th ਦਰੁਕ 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 ਮੈਂ ਆਪਣਾ ਕਲਾਸਨਿਕ ਕੀ ਦਾ ਦਾ ਕਲਾਸਨਿਕ ਤੀਵਿਆ ਤੀਵਿਆ ਸਬੂਤ ਸਵੀਤਾ ਦਾ ਉਚਨ ਪ੍ਰਯਤਨਾ ਲੈ ਐਨਕ ਲਾ ਲਈ ਬੜੀ ਗੱਲ ਮੀ ਟੂ ਮੀ ਟੂ ਮੀ ਟੂ ਓ ਮਾਈ ਗॉड ਫਰੋਮ ਉਲਾਨਦੇ ਉਲਾਨੋਦੇ ਵੇ ਕਰਸੀਬਾ ਥੈਂਕ ਯੂ ਸੋਹਣੀ ਲੱਗ ਰਹੀ ਹੈ ਬਈ ਘੈਂਟ ਲੱਗ ਰਹੀ ਹੈ ਤੂੰ ਖੂਬਸੂਰਤ ਹੈ ਪੰਜਾਬ ਲਿਆ ਬਹੁਤ ਫਰੈਂਡਲੀ ਹੁੰਦੀਆਂ ਨੇ ਉਵੇਂ ਆਪਣੇ ਥੋੜ੍ਹਾ ਹੈ ਨਾ ਬੇਚਾਰੀਆਂ ਨਾਈਸ ਨੇ ਇਹ ਕਾਲਜ 'ਚ ਪੜ੍ਹਦੀਆਂ ਨੇ ਲੱਗਦੀ ਹੈ ਵੀ 16 ਸਾਲ ਦੀ ਲੱਗਦੀ ਹੈ ਦੀ ਹਾਈਟ ਤੋਂ ਕਿੰਨੇ ਦੀ ਹੈ 16 ਹਾਂ 16 ਸਾਲ ਦੀਆਂ ਨੇ ਲੱਗਦੀਆਂ ਨੇ ਹਾਈਟ ਜ਼ਿਆਦਾ ਹੈ ਨਾ ਅੰਤ ਤੂੰ ਕਿੰਨੇ ਸਾਲ ਦਾ ਹੈ ਕਿੰਨੇ ਸਾਲ ਦਾ ਹੈ ਕੋਲਕਾਤਾ ਵੇਲ 15 ਇਹ 15 ਸਾਲ ਦਾ ਵਾਓ ਲਾਈਕ ਲਾਈਕ ਪੱਕਾ ਪੱਕਾ ਬਾਏ 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 ਥੈਂਕ ਯੂ ਥੈਂਕ ਯੂ ਵੈਲਕਮ ਹੁਣ ਇਹ ਕੁੜੀਆਂ ਆ ਗਈਆਂ ਵਧੀਆ ਲੱਗਿਆ ਮਿਲ ਕੇ ਤੁਹਾਨੂੰ ਬਹੁਤ ਪਿਆਰੀਆਂ ਪਿਆਰੀਆਂ ਬੱਚੀਆਂ ਨੇ ਯਾਰ ਛੋਟੀਆਂ ਛੋਟੀਆਂ ਸਕੋਲਕਾਤਾ ਵੇਲੇ 13-14 ਸਾਲ ਦੀ ਹੋਣੀ ਹੈ ਹੈ ਨਾ ਫਿਟਨੈਸ ਫਿਫਟੀਨ ਯੂ 10 15 ਸੰਗ ਕਾਹਤੋਂ ਰਹੀ ਹੈ ਸੰਗ ਕਾਹਤੋਂ ਰਹੀ ਹੈ why you feel shy like oh here is karsiba madre baalan da style ghand hai bahut badhiya swabha hai russian lokan da kudiyan da na apne log na bade galat bolde hai na russian kudiyan nu hai bhi hana hun ki dassan bas aime da kuch nahi hega matlab galat gal hai yaar respect deni chahidi hai kinniyan pyariyan bachiyan ne aap hi aa gayi mere kol oh bhai 15-15 saal di hai vibe pindiyan ne pehla kyunki russia ch thand bahut pendi hai ta ore smoking da culture bahut hai ਤੇਰੀ ਉਮਰ ਨਹੀਂ ਹੈਗੀ ਪੀਣ ਵਾਲੀ ਨੋਟ ਗੁੱਡ ਨੋ ਯੂ ਯੂਅਰ ਚਿਲਡਰਨ ਯੂ ਬੱਚੀ ਹੈ ਤੂੰ ਯਾਰ ਜੀ ਵੀ ਆ ਜਾ ਆ ਜਾ ਯਾਰ ਇੱਕ ਤੇ ਸਮੋਕਿੰਗ ਬਹੁਤ ਕਰਦੇ ਆ ਕੀ ਕੁ ਸਾਈਡ ਕਰੂੰਗਾ ਮੈਂ ਦੇਖ ਸਾਢੇ 9 ਵੱਜ ਗਏ ਯਾਰ ਸਵੇਰੇ ਮੇਰੀ ਟ੍ਰੇਨ ਹੈ ਉੱਠਣਾ ਵੀ ਹੈ ਤਾਂ ਭੁੱਖ ਬਹੁਤ ਲੱਗੀ ਹੈ ਤਾਂ ਆਪਾਂ ਖਾਂਦੇ ਹਾਂ ਕਿਧਰੇ ਜਾ ਕੇ ਆਪਾਂ ਪਹੁੰਚ ਗਏ ਵੀ ਸ਼ੋਰ ਮੀਲਸ ਇਹ 24 ਘੰਟੇ ਖੁੱਲ੍ਹਾ ਰਹਿੰਦਾ 7 ਦਿਨ ਇੱਥੋਂ ਦੇਖਦੇ ਹਾਂ ਕੀ ਮਿਲੂਗਾ ਇਹ ਇਹਨਾਂ ਦਾ ਮੈਨਿਊ ਹੈ ਬਈ ਮੈਂ ਕੋਈ ਸ਼ੋਰਮਾ ਸ਼ੁਰਮਾ ਔਡਰ ਕਰਦਾ ਮੈਂ ਸ਼ੋਰਮਾ ਔਡਰ ਕੀਤਾ 240 ਰੁਪਈਆਂ ਦਾ ਬਈ
ਆਪਣਾ ਸ਼ੌਰਮਾ ਬਣ ਗਿਆ ਬਈ, ਦੇਖਦੇ ਹਾਂ ਕਿਵੇਂ ਦਾ ਇਹਦਾ ਟੇਸਟ ਟੂਸਟ ਹੈ ਬਾਈ ਹੋਰ ਨੇ। ਯਾਰ ਪੂਰਾ ਇੱਕ ਟਾਈਪ ਦਾ ਡਿਨਰ ਹੀ ਹੈ, ਕਿੰਨਾ ਵੱਡਾ ਦੇਖੋ। ਪਰ ਇਹਨਾਂ ਨੇ ਯਾਰ ਚਿਕਨ ਸੌਸਿਸ ਹੀ ਪਾਈ ਹੋਈਆਂ ਨੇ, ਐਂ ਨਹੀਂ ਵੀ ਚਿਕਨ ਬਾਰਬੀਕਿਊ ਵਾਲਾ ਪਾਇਆ। ਸ਼ੌਰਮਾ ਬਹੁਤ ਜ਼ਿਆਦਾ ਸਵਾਦ ਸੀ ਵੀ, ਠੰਡ ਬਹੁਤ ਜ਼ਿਆਦਾ ਹੈ ਯਾਰ, ਹੱਥ ਬਹੁਤ ਜ਼ਿਆਦਾ ਮੇਰੇ ਫ੍ਰੀਜ਼ ਹੋ ਰਹੇ ਆ, ਅਤੇ ਮੈਂ ਜਾ ਰਿਹਾ ਆਪਦੇ ਹੋਸਟਲ ਨੂੰ। ਰਾਤ ਦੇ ਵੱਜ ਗਏ 10। ਆਹ ਲਾਈਟਾਂ ਜਿਹੀਆਂ ਲੱਗੀਆਂ ਹੋਈਆਂ ਨੇ ਵੀ ਉਰੇ ਖੰਭਿਆਂ ਦੇ, ਡੈਕੋਰੇਸ਼ਨ ਹੀ ਹੈ। ਆਹ ਸਟੈਚੂ ਦੇ ਆਲੇ ਦੁਆਲੇ ਵੀ ਲਾਈਟਾਂ ਦੇਖੋ ਕਿੰਨੀਆਂ ਘੈਂਟ ਲਾਈਆਂ ਹੋਈਆਂ ਨੇ, ਧਰਤੀ ਬਣਾਈ ਹੋਈ ਹੈ ਇਹਨਾਂ ਨੇ ਪੂਰੀ, ਰੰਗ ਬਿਰੰਗੀਆਂ ਲਾਈਟਾਂ ਜਿਹੀਆਂ ਲਾ ਕੇ ਗੋਲ ਗੋਲ, ਬਹੁਤ ਸੋਹਣੀ। ਠੰਡ ਬਹੁਤ ਜ਼ਿਆਦਾ ਹੋ ਗਈ ਬਈ, ਕਿੰਨੀਆਂ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ ਰੰਗ ਬਿਰੰਗੀਆਂ ਲਾਈਟਾਂ ਬਈ। ਰਾਤ ਆ ਕੇ ਮੈਂ ਸੁੱਤਾ ਨਹੀਂ ਵੀ, ਵੀਡੀਓ ਐਡਿਟ ਕਰੀ ਗਿਆ। ਹੁਣ ਵੱਜ ਗਏ ਸਵੇਰ ਦੇ 5, ਆਪਣੀ ਟ੍ਰੇਨ ਹੈ 6:30 ਬਈ, ਬਹੁਤ ਜ਼ਿਆਦਾ ਇੱਥੋਂ ਟ੍ਰੇਨਾਂ ਲੰਘਦੀਆਂ ਨੇ। ਪਿੰਡ ਵਾਲਾ ਬਲੌਗ ਇੱਥੇ ਤੱਕ ਸੀ ਵੀ, ਅਗਲੇ ਬਲੌਗ 'ਚ ਮਿਲਾਂਗੇ। ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ।